ਅੱਜ ਸੁਬਹਾ 5:45 ਵਜੇ ਇਤਲਾਹ ਮਿਲੀ ਸੀ ਕਿ ਲਛਮਣ ਦਾਸ ਪਾਰਕ ਦੇ ਵਿੱਚ ਇੱਕ ਡੈੱਡ ਬੋਡੀ ਸੜ ਰਹੀ ਹੈ। ਜਿਹਦੇ 'ਤੇ ਅਸੀਂ ਮੌਕੇ 'ਤੇ ਪੁੱਜੇ ਸੀ ਤਾਂ ਡੈੱਡ ਬੋਡੀ ਨੂੰ ਅੱਗ ਲੱਗੀ ਹੋਈ ਸੀ, ਉਹਦੇ ਵੀ ਅੱਗ ਬੁਝਾਈ ਗਈ ਹੈ। ਅਤੇ ਉਦੋਂ ਬਾਅਦ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਮਤਲਬ ਉਹਦੇ ਇਕੱਲੇ ਪੈਰ ਪੈਰ ਹੀ ਸੀਗੇ ਬੱਚੇ ਅਤੇ ਬਾਕੀ ਸਾਰੀ ਡੈੱਡ ਬੋਡੀ ਸੜ ਚੁੱਕੀ ਸੀ। ਅਜੇ ਕੁਛ ਨਹੀਂ ਕਿਹਾ ਜਾ ਸਕਦਾ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਇਨਵੈਸਟੀਗੇਟ ਤੋਂ ਬਾਅਦ ਜਿਹੋ ਜਿਹੀ ਵੀ ਕਾਰਵਾਈ ਬਣਦੀ ਰਹੀ ਕੀਤੀ ਜਾਵੇ।